संत बाबा जरनैल सिंह क्लब रोडिया के खिलाड़ी जेडे तीन नंबर ग्राउंड जाओ जल्दी बिंदर बलीपुर जी एक रैफरी आज आप ही एक रैफरी आज बलीपुर की टीम का रोडे रोडे दे फरोज शाह दीआं टीमां आ गईआं जी तीन नंबर ग्राउंड ते चलाओ मैं जल्दी जज भाई उधर ले जाओ शबाज नू को ले जाओ उठे कहने आज तेरे को कोई नाले मुड़के बिचों निकल के दिखा दे ਸਵਾਜ ਜੀ ਦਾ ਕੀ ਗਲਤੀ ਆ ਮਿੰਟ ਦੋਵਾਂ ਦੇ ਵੱਟ ਗੇਟੋ ਬਾਹਰ ਹੋਣ ਕੇ ਜੱਜ ਇਧਰੋਂ ਨੰਗਿਆ ਮੈਂ ਕਿਹਾ ਸ਼ਬਾਜ ਨੂੰ ਉਧਰ ਲੈ ਜਾ ਉਹੀ ਗੱਲ ਉਹ ਸ਼ਬਾਜ ਚ ਕਸੂਰ ਕੱਢੀ ਸ਼ਬਾਜ ਇਧਰ ਆ ਜਾ ਬਾਈ ਤੂੰ ਮੰਡੀ ਚ ਕੱਢੋ ਇੱਕ ਵਾਰੀ मैं भी लाओ करा मारा आवाज नहीं पाएगा जी मैं जहाँ लग गई बहुत नहीं बढ़ा लगा लगा आवाज जी नहीं तो हम फट ली हूँ इतों जज लंघिया मैं गल वधूगी मैं जज शबाज नूं उधर लै जा भला लाई कर बोल लैण वाले मैं कुछ नहीं भाई कुछ नहीं यार पीती खाधी वाले मैं पासे किते सी रात लड़ाई आ गई सी लड़ाई पता कौन बस 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 ਬਈ ਚਲਾਵ ਦੀ ਮੈਚ ਇੱਕ ਨੰਬਰ ਦਾ ਦੋਵੇਂ ਟੀਮਾਂ ਨੇ ਫਰੈਟੀ ਮਾਸਟਰ ਦੀ ਚਲਾਵ ਮੈਚ ਉਦੋਂ ਕੁਝ ਝੁੱਡੂ ਜਦੋਂ ਬੋਲੀ ਗਿਆ ਉਦੋਂ ਸਾਊਂਡ ਵਾਲੇ ਨਾਲ ਵੀ ਬੰਦ ਕਰਦਾ
ਵੀਰੇ ਤਿੰਨ ਨੰਬਰ ਗਰਾਊਂਡ ਦੀ ਆ ਗਈਆਂ ਦੋਵੇਂ ਟੀਮਾਂ ਰੈਫਰੀ ਬੱਲੀਪੁਰ ਦੀ ਟੀਮ ਦਾ ਇੱਕ ਰੈਫਰੀ ਆ ਜਾਏ ਜੀ ਤਿੰਨ ਨੰਬਰ ਗਰਾਊਂਡ 'ਚ ਸਿੰਦਰ ਬੱਲੀਪੁਰ ਜੀ ਇੱਕ ਰੈਫਰੀ ਲਾਓ ਆਪਣੀ ਟੀਮ ਦਾ ਬਲੀਪੁਰ ਦੀ ਟੀਮ ਦਾ ਰੈਫਰੀ ਆ ਗਏ ਤਿੰਨ ਨੰਬਰ ਤੇ ਜੱਸਾ ਤੂੰ ਰੈਫਰੀ ਆ ਬਾਈ ਜੱਸਾ ਮਿੱਡੂ ਮਾਨ ਰੈਫਰੀ ਆ ਤੂੰ ਠੀਕ ਹੈ ਤੂੰ ਨੀ ਰੈਫਰੀ ਤੂੰ ਤਾਂ ਖੱਟੀ ਭਾਈ ਸੀ ਨਾ ਵੀਰੇ ਬਲੀਪੁਰ ਦਾ ਰੈਫਰੀ ਕਿਉਂ ਨੀ ਆ ਰਿਹਾ ਜੀ ਤਿੰਨ ਨੰਬਰ ਤੇ ਮਨਦੀਪ ਮਲਿੰਦਰ ਸਾਰੇ ਦੱਸਿਆ ਨਾ ਬਹੁਤ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਤਗੜੀ ਟੱਕਰ ਖੇਡੀ ਜਾ ਰਹੀ ਹੈ ਆਗਾ ਰਣਜੀਤ ਸਿੰਘ ਰਾਣਾ ਨੂੰ ਜਿੱਤਣ ਵਾਲਾ ਖਿਡਾਰੀ ਪਰ ਅੱਗ ਦੀ ਲਾਟ ਕਹਿੰਦੀ ਹੈ ਦੁਨੀਆ ਬਿੱਲੂ ਦੇ ਬੰਦਰ ਨੂੰ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਆਹ ਮੁੰਡਾ ਸੇਖਾ ਜਲੂਰ ਪਿੰਡ ਹੈ ਮੁੰਡੇ ਦਾ ਜ਼ਿਲ੍ਹੇ ਬਰਨਾਲੇ ਦਾ ਜਲੂਰ ਵਾਲੇ ਅਰਸ ਨੇ ਵਾਅਦਾ ਕਰ ਦਿੱਤਾ ਹੈ ਇਹ ਵੀ ਇੱਕ ਸਾਲ ਮੁੰਡਾ ਗੋਂਦਾਲ ਦੇ ਖੇਡ ਮੇਲੇ ਦਾ ਵਾਅਦਾ ਕਰ ਦਿੱਤਾ ਹੈ ਬਈ ਮੈਚ ਲਾ ਦੀ ਆਪਾਂ ਬੇਨਤੀ ਹੈ ਮੇਰੀ ਤਿੰਨ ਨੰਬਰ ਗਰਾਊਂਡ 'ਚ ਵੀਰੇ ਬਲੀਪੁਰ ਦੀ ਟੀਮ ਦਾ ਰੈਫਰੀ ਕਿਉਂ ਨਹੀਂ ਆ ਰਿਹਾ ਜੀ ਤਿੰਨ ਨੰਬਰ ਗਰਾਊਂਡ ਤੇ ਜਲਦੀ ਦੇ ਨਾਲ ਇੱਕ ਰੈਫਰੀ ਆ ਜਾਏ ਮੈਚ ਦੀ ਸ਼ੁਰੂਆਤ ਕਰੀਏ ਆਪਾਂ ਟੀਮਾਂ ਖੜੀਆਂ ਨੇ ਦੋਵੇਂ ਬਲੀਪੁਰੀਏ ਮੁੰਡੇ ਜਿੱਥੇ ਵੀ ਆਵਾਜ਼ ਨੂੰ ਸੁਣਦੇ ਇੱਕ ਰੈਫਰੀ ਲਾ ਦੇਣ ਸਾਡੀ ਬੇਨਤੀ ਹੈ ਗੁਜ਼ਾਰਿਸ਼ ਹੈ ਬਹੁਤ ਤਗੜੇ ਮੈਚ ਦੀ ਸ਼ੁਰੂਆਤ ਇੱਧਰ ਦੋ ਨੰਬਰ ਦੇ ਵੀ ਬਾਹਰ ਇੱਕ ਨੰਬਰ ਗਰਾਊਂਡ ਦੇ ਵੀ ਮੁਕਾਬਲਾ ਬੜਾ ਤਗੜਾ ਹੈ ਬਲੀਪੁਰ ਵਾਲੇ ਕਿਉਂ ਨਹੀਂ ਆ ਰਹੇ ਮੈਚ ਕਰਾਉਣ ਲਈ ਬਹੁਤ ਮਾੜੀ ਗੱਲ ਹੈ ਖਿਡਾਰੀਆਂ ਲਈ ਯਾਰ ਆਓ ਸਾਥ ਦਿਓ ਹੁਣ ਤੇ ਸਮਾਂ ਬਹੁਤ ਹੋ ਗਿਆ ਕੋਈ ਬਾਜਾ ਮਾਰਨ ਵਾਲਾ ਟਾਈਮ ਵੀ ਨਹੀਂ ਰਿਹਾ ਬੇਨਤੀ ਹੈ ਮੇਰੀ ਬਲੀਪੁਰ ਦੀ ਟੀਮ ਦੇ ਲਈ ਜਲਦੀ ਦੇ ਨਾਲ ਕਿਰਪਾ ਕਰਕੇ ਮੈਚ ਕਰਾਉਣ ਮੁੰਡੇ ਟੀਮਾਂ ਖੜੀਆਂ ਦੱਲੋ ਮੈਚ ਇੱਕ ਨੰਬਰ ਗਰਾਊਂਡ ਦਾ ਵੀ ਬਹੁਤ ਤਕੜੇ ਇੱਕ ਪਾਸੇ ਸਿਵੀਆਂ ਵਾਲੇ ਮੁੰਡੇ ਆ ਕੋਟਕਪੂਰੇ ਦਾ ਇਲਾਕਾ ਹੈ ਇਹ ਵੀ ਮੁੰਡੇ ਕਹਿੰਦੇ ਤਕੜੀਆਂ ਤਕੜੀਆਂ ਟੀਮਾਂ ਨੂੰ ਸਮੇਂ ਨਾਲ ਤੋਰਨ ਦਾ ਦਮ ਰੱਖਦੇ ਹੈ ਤੇ ਦੂਜੇ ਪਾਸੇ ਦਵਿੰਦਰ ਬਰਾੜ USL ਦੀ ਟੀਮ ਹੈ ਰਾਮੇ ਸਰਪੰਚ ਦਾ ਪੁੱਤਰ ਆਇਆ ਹੋਇਆ ਭੰਡਿਆਰੀ ਵਾਲਾ ਸਾਲੂ ਖੇਡ ਰਿਹਾ ਖੇਡ ਮੈਦਾਨ ਦੇ ਵਿੱਚ ਨਾਲ ਬਾਬੇ ਗੇਜੇ ਦਾ ਪੁੱਤ ਹੈ ਥੰਮਣ ਵਾਲੇ ਦਾ ਸੁੱਖ ਹੈ ਤੇ ਨਾਲ ਮੈਂ ਦੇਖਦਾ ਵੀ ਪਾਸੀਆਂ ਪੇਟ ਪਿੰਡ ਹੈ ਮਲੀ ਦਾ ਮੱਲਾਪੁਰ ਦਾਖੇ ਦਾ ਇਲਾਕਾ ਪੈਂਦਾ ਹੈ ਕਮਲ ਤੇ ਵਿੱਕੀ ਹੈ ਨਿੱਟ ਤੇ ਕਹਿੰਦੇ ਚੰਡੀਗੜੀਆ ਸਮ ਹੈ ਜਿਹਦਾ ਸਗਰਾਣਾ ਪਿੰਡ ਹੈ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਪਰ ਚੰਡੀਗੜੀਆ ਸਮ ਆ ਕਹਿੰਦੀ ਹੈ ਦੁਨੀਆ ਦੂਜੀ ਸਾਈਡ ਵਿੱਕੀ ਹੈ ਸਿਵੀਆਂ ਵਾਲਾ ਨਾਲ ਸੁਰਜੀਤ ਤੇ ਨਿੱਟ ਤੇ ਮੁੰਡਾ ਖੜਕ ਸਿੰਘ ਵਾਲਾ ਪਿੰਡ ਹੈ ਜ਼ਿਲ੍ਹੇ ਮਾਨਸਾ ਦਾ ਅਰਸੀ ਖੇਡਦਾ ਹੈ ਉਹ ਨਾਲ ਕਹਿੰਦੇ ਮੋਟਾ ਹੈ ਸਾਰੇ ਮਾਸਟਰ ਵਰਗੇ ਤੇ ਨਾਲ ਮੇਜਰ ਸਿੰਘ ਸਰਪੰਚ ਦਾ ਪੁੱਤਰ ਭੈਣੀ ਬਾਈ ਵਾਲਾ ਧਰਮ ਸਿੰਘ ਸਿੱਧੂ ਖੇਡ ਰਿਹਾ ਹੈ ਦੁਨੀਆ ਸੋਨੀ ਨਾਮ ਦੇ ਨਾਲ ਜਾਣਦੀ ਹੈ ਬੜਾ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਸਿਵੀਆਂ ਤੇ ਭੰਡਿਆਰੀ ਦੀਆਂ ਟੀਮਾਂ ਦਾ ਮੈਚ ਖੇਡਿਆ ਜਾ ਰਿਹਾ ਹੈ ਔਰ ਜਿਹੜੀ ਟੀਮ ਜਿੱਤੇਗੀ ਗਰਾਊਂਡ ਦੀ ਰਵੇ ਉਹਦਾ ਮੈਚ ਫਿਰ ਫਰੋਸ਼ਾ ਦੀ ਟੀ ਟੀਮ ਨਾਲ ਖੇਡਿਆ ਜਾਣਾ ਹੈ ਜਿਹੜਾ ਜਿੱਤ ਗਿਆ ਇੱਕ ਨੰਬਰ ਗਰਾਊਂਡ 'ਚੋਂ ਤੇ ਤੀਜਾ ਕਿਤੇ ਅੱਗੇ ਵੀ ਵੱਡਾ ਹੈ ਜਿਹੜੀ ਟੀਮ ਜਿੱਤੇਗੀ ਗਰਾਊਂਡ ਦੀ ਰਵੇ ਕਿਰਪਾ ਕਰਕੇ ਔਰ ਜਾਪੂ ਬਾਂਦਰ ਗੋਡ ਤੇ ਬਲੀਪੁਰ ਇਹ ਵੀ ਟੀਮਾਂ ਜਿਹੜੀਆਂ ਤਿਆਰ ਬਰ ਤਿਆਰ ਰਹਿਣ ਬਲੀਪੁਰ ਦਾ ਰੈਫਰੀ ਨਹੀਂ ਆ ਰਿਹਾ ਜੱਜ ਜੀ ਦੱਸੋ ਕੀ ਕਰਨਾ ਜੀ ਨੰਬਰ ਕੱਟੋ ਜੀ ਕਹਿੰਦੇ ਆ ਉਹ ਆ ਗਿਆ ਕਹਿੰਦੇ ਆ ਜਾ ਜਲਦੀ ਵੀਰੇ ਬਹੁਤ ਟਾਈਮ ਹੋ ਗਿਆ ਟੀਮਾਂ ਖੜੀਆਂ ਨੇ ਮੈਚ ਆਪਾਂ ਸ਼ੁਰੂ ਕਰ ਦਈਏ ਰੋਡੇ ਤੇ ਫਰੋਸ਼ਾ ਏ ਇਹ ਵੀ ਬੜਾ ਤਗੜਾ ਮੈਚ ਹੈ ਆਪ ਮਣੀ ਕਹਿੰਦੇ ਬਾਸੀਆਂ ਪੇਟ ਦੀ ਧਰਤੀ ਦਾ ਜਿਹੜੇ ਲੁਧਿਆਣੇ ਦਾ ਬੜਾ ਮਸ਼ਹੂਰ ਏਰੀਆ ਬਾਸੀਆਂ ਪੇਟ ਮੁੱਲਾਪੁਰ ਦੇ ਇਲਾਕੇ ਦਾ ਬੜਾ ਪ੍ਰਸਿੱਧ ਖਿਡਾਰੀ ਹੈ ਖੇਡ ਦੇ ਮੈਦਾਨ ਵਿੱਚ ਦਲਰਾਜ ਪੱਲ ਵਰਗੇ ਕਹਿੰਦੇ ਵੱਡੇ ਮਾਣ ਕਰਦੇ ਆ ਮੁੰਡੇ ਨੂੰ ਵੀ ਜਿਹੜੀ ਗੱਡੀ ਦਿੱਤੀ ਜਾਣੀ ਹੈ ਜਿਹੜਾ ਭੰਡਿਆਰੀ ਦੀ ਟੀਮ ਦਾ ਵੱਡਾ ਹਿੱਸਾ ਬਣ ਕੇ ਖੇਡ ਰਿਹਾ ਨੌਜਵਾਨ ਇੱਕ ਪਾਸੇ ਸੁੱਖਾ ਥੰਮਣ ਵਾਲੇ ਪਿੰਡ ਦਾ ਨੈੱਟ ਤੇ ਚੰਡੀਗੜੀਆ ਨੀਰਜਾ ਨੌਜਵਾਨ ਸਾਮੇ ਦਾ ਤੇ ਵੱਡੀ ਪ੍ਰਸਿੱਧੀ ਖੱਡੀ ਹੈ ਮੁੰਡੇ ਨੇ ਵੱਡੇ ਜਿਹੜੇ ਚਰਚੇ ਆ
विक्की नाल सोनिया रेफरी प्लग करी सही दरमियान एक बड़ा खेड़ मेला बड़ा मैच है। आओ मुंडे ने कमाल कर दिती मुन्ना तरखान आले पिंड दा जेड़े पिंड नूं खालसा जी नौ रस्ते जांदे आ ते मुन्ना उस पिंड चल के आया है। सरदार परमजीत सिंह जी खालसा ਦੱਥੂ ਵਾਲਾ ਗਰਬੀ ਨੂੰ ਬਹੁਤ ਸਤਿਕਾਰ ਨੂੰ ਸ਼ਖਸੀਅਤ ਵਿਸ਼ੇ ਤਰ ਦੇ ਪੁੱਜੇ ਨੇ ਵੱਡਾ ਧੰਨਵਾਦ ਮੈਂ ਕਰਾਂਗਾ। ਆਹ ਰਸੀ ਇੱਧਰ ਹਰਕ ਸਿੰਘ ਵਾਲੇ ਪਿੰਡ ਦਾ ਮੁੰਡਾ ਅੱਜ ਮੇਰੇ ਮਿੱਤਰੋ ਸਿਵੀਆਂ ਦੀ ਟੀਮ ਵੀ ਇੱਕ ਵੱਡੀ ਤੇ ਭਾਰੀ ਟੀਮ ਬਣੀ ਹੈ। ਤਿੰਨ ਸਿਵੀਆਂ ਦੇ ਵਾਲੇ ਮੁੰਡਿਆਂ ਦੀਆਂ ਚਾਰ ਸ਼ਾਲੂ ਬਣਿਆ ਰਹੀਆਂ ਗੱਲਾਂ ਬਾਤਾਂ ਪੰਜਾਬ ਹਰਿਆਣੇ ਦੇ ਵੱਡੇ ਵੱਡੇ ਕਾਪਾ ਟੀਮ ਨੇ ਜਿੱਤੇ ਆ। ਆਓ ਥੱਪੜ ਵਾਲੀਆ खिडारी बन गया खेड वालीबाल का और सिविया पिंड की टीम एक वड्डी टीम बन गई है। चलते टाइम चलाओ मैं टीम खड़िया दो बी तू रेफरी ठीक है जी दे बी जी चलाओ मैच जल्दी लाओ रिंकू बधाई वाला नौजवान बड़ा पढ़िया लिखा खिलाड़ी है खेड वालीबाल का और बड़े माण है वीर काले के वाला नाल गगना वे माला खेड कौसको दे वड्डा माण है जनेतपुरी रणजीत जेकर पांच वाला क्रॉस करना ते 11,000 दिता जाना है। मैं भी जनेतपुरी वाला कर पांच वाला बिल्ला दे गगना बैठे वीर संडे आओ कहते बड़िया गल्ला हो नाल बड़ा गड़दुंगा भी आया होया पर मैनू लगदा अमरिंदर एक नंबर होर जिहड़ा चुगियां दे खाते जुड़ गया है। पंज हो गए चार चार नंबर आ चुगियां दी टीम दे एक नंबर आ भनिहारी बागड़ी दी टीम दा तिना अंकों का बड़ा कहिंदे फर्क पै गया है। रवि मास्टर जी इधर भी दस दिओ किन्ने किन्ने पॉइंट ने नूरी कित्थे आ जी नूरी चुगे पंज पंज नूरी चुगिया जिथे भी आवाज नूं सुणदा रहे साथी खिलाड़ी इंतजार कर रहे उहदा नूरी आवे दो नंबर ग्राउंड च पंज पंज नंबर आ मास्टर जी पंज पंज नंबर आ दोवां टीमां दे आओ नंबर छेवां चंडीगढ़ी आ मुंडा अपनी टीम दे लई जुड़ गया सजराणा पिंड है जिले फाजिलके दा घट्टियां लई सजराणा बड़े लागे लागे वसे पिंड है और मेरे मित्र सलेम शाह की टीम लई खेडदा खेडदा सामा सलेम शाह बनिया और फिर चंडीगढ़ रैन बसेरे किए और भैनी बाइए वाला कहते सोनी ट्राई करता है। टक्कर बराबर दी है एक पासे विक्की है और नाल एक पासे मेरे मित्रों ढिलों भनिहारी वाला वड्डे जड़े चर्चे ने उधर नथू वाली है तरसेम के लिए गोरा साडा वड्डा बाई वालीबाल का वड्डा मल इस नगर का वड्डे माण भेजदा रवि नथू वाली आ तेरे लिए मान सम्मान आए है ये जरूर हासिल कर ली साडे गोरे बाई दे बंदे वड्डा माण प्यार पानी की सेवा करदा वीर साडा उहदे लई वड्डा माण आया ओ
वाकई मैच बहुत तकड़े खेले जा रहे, तो रोटियां की टीम भी बल्ले बल्ले करवा रही है। मखना रोटियां वाला बहुत तकड़ा मैच, ते दूजे पासे फिरोजशाह दी ये टीम खेल रही है। विंदी का पिंड है दुनिया प्रिंसीपल कहती है, बालीबाल का एक यानदार मुकाबला खेल मैदान के आप देख रहे हैं। पर सबलता फिर फिरोजशाह दी ये टीम के खाते, और चन्नन खेड़ा पिंड है मुंडे का मलोट के लागे, ये है जंटू चन्नन खेड़े वाला लाहौरिया का मुंडा खेल मैदान के एक तकड़ा मुकाबला खेडा जा रहा है। और इधर भी मैच बड़ा है, एक पासे चुगिया वाले मुंडे कमाल करी तरे आते हैं, तो दूजे पासे भंडारी बागड़ी की टीम खेल रही है। जिले सरसे का पिंड है, बाबे सरगुसा की बड़ी पाल कृपा है, दुनिया के महारथी खिलाड़ियों का पिंड है। बहुत वधिया मुकाबला खेड मैदान दे विच, आ प्रिंस है जिन्हें पहला मोटरसाइकिल जित के हरियाणे दे विच लेके गया है। कोकरी पुटरां दे मेले तमन सरपंच दीप जवंदे दे पिंडों आ मुंडे ने पहला मोटरसाइकिल जितया सी। ये भी बाल कोई टामी टामी खांदा है, पर बधाइया वाला भाऊ कहिंदा वी असीं वी पक्कियां कंधां दे विच कल लाउणे आ। अज पता लगना वी गल्लां क्यों जी मानी है, समय समय की गल है। खेड मैदान दे विच लो जनेत पुरिया यारी है, कहिंदे काले काले गगने दे नाल पड़ाके पै रहे हैं, दुनिया गोटी लाई बैठी है, मित्रा पहिया गोटी ला के आओ सिंह फस गए कुंडिया दे मित्रा बहजा गोटी ला के एन कमाल हो रही है तिना ग्राउंड। इधर जनेतपुरे वाला और दूजे पासे चुगे वाले इहदे रग रग दे वाकफ है, रग रग दे भेती है, उहनां नूं सारा पता है वी कोठे वालिआ तूं किहड़ी बाल किथे कटनी है। आओ सेमे हुड़ी तैनूं नेड़ेओ जाणदे आ, कोई ना कोई होर इलाज कोई ना कोई होर हल जिहड़ा उह करना पैणा है। जे बढ़ाइआं ने रिंकू दे बाल लाउणी है ते कुझ होर व्यौतबंदी जिहड़ी उह बनाउणी पैणी है। बाल जुगी खड़ा इक पासे तरखान वाले का मुन्ना तगड़ा मैच है, दो नंबर ग्राउंड का भी और सामने बल्ले बल्ले हो रही है। बल का दीप सिंह वाला पिंड है, यारी अमरिंदर वाला है, तो अमरिंदर फैसले कहते बड़े सुना रहा है। वांदरा की धरती वड्डा मेला वड्डा कप जिहड़ा अज कहते धरती से खेडा जा रहा है। और मेरे मित्रों रात ढल दिया जा रात ढलन पर आईया और कीने लैनिया बधाइया, मैच क्वार्टर खेडन के लिए आ टीम करन चढ़ाइया, कह टीम के प्लेयर हूँ लाउनी नहीं देर, जित वाले झंडे रहने गद मित्रा, लोग कम धंधा बैठे सारा छड मित्रा, खिलाड़ी पहुंचे और दुनिया ने भी इंतजार आसी, खिलाड़ी भी कहते बड़े आए हुए है। आगा केर सिंह का बेटा ते यारी है कहते जनेतपुरी दे नाल तेरी मेरी एक जिंदड़ी, हो देखन दो लगते तेरी मेरी एक जिंदड़ी। राजपाल बागड़ी दी एक होर नंबर दा मुंडे ने बहुत तकड़ा खेडा जा रहा है। 66 के भी वाला फौजी भी आया होया है, बहुत तकड़ा मैच खेड मैदान दे विच आपां देखते हैं। लौ रणजीत सिंह खेड मैदान दे विच अगले सर्वे करदा होया है। रवि किन्ने किन्ने पॉइंट है तेरे रसेम कुकर जी, किन्ने किन्ने नंबर ने, रेटिंग मास्टर जी जरूर दसणगे। और खेड दे मैदान च मुकाबला एक नंबर दा भी तगड़ा, सिबीएम ते आदमपुरे दी गुड्डी चढ़ जानी टीसी, आ लोकां विच गल्लां हुंदियां, गलती नहीं करदा पीसी, शालू भी सिरे दा शूटर, लोकी कहिंदे कंप्यूटर, गल सारी मौके दी, सब तों वध फैन फॉलोइंग बल्लो दे गोपे दी, वड्डे जिहड़े चर्चे ना वड्डिआं खिडारियां दे, और वड्डे गोल बल्ले आ, वड्डे वड्डे सितारे खेड रहे आ, वड्डियां टीमां ने वी अमृतसर इधर भी दसी किन्ने किन्ने पॉइंट ने। ओए सामने बल्ले बल्ले बल्ले, बाका किसे होर नाल, झाका किसे होर नाल, आवे किसे होर नाल, जावे किसे होर नाल, वल्ले ओ चलाक सजना, वल्ले ओ चलाक सजना, हैण भुलेखे पै गए है, ते जनेतपुरी ने नंबर दा वाधा कर दिता है। हाँ कहिंदे कमाल कर दित्ती आ मेरे मित्रों, खेड दे मैदान विच गोरा चिट्टा रंगा वड्डे चर्चे आ, इह आ जनेतपुरे दी धरती दा बूटा सिंह जौल दा बेटा, हर यारी आ कहिंदे गाल वाले प्रीत दे नाल, ते प्रीत दे वी बहुत वड्डे चर्चे आ मुंडे दे, दूर दरेडे कहिंदे गल्लां ने, हर चनकोइयां वाले मुंडे कहिंदे
ਰਿਕਾਰਡ ਕਰਦੇ ਆ ਆਇਆ ਹੋਇਆ ਯਾਰੀ ਤਰਸੇ ਨਾਲ ਵੀ ਪੱਕੀ ਆ ਔਰ ਇਧਰ ਕਹਿੰਦੇ ਇੱਕ ਨੰਬਰ 'ਚ ਵੀ ਕੁੰਡੀਆਂ ਦੇ ਸਿੰਘ ਫਸੇ ਆ ਸੁੱਖਿਆ ਪਤਾ ਲੱਗੇ ਦੁਨੀਆਂ ਨੂੰ ਵੀ ਥੰਬਣ ਵਾਲੇ ਦਾ ਕੋਈ ਸੁੱਖਾ ਜਿਹਨੂੰ ਘਣ ਘਣ ਕਹਿੰਦੇ ਚੱਲਦੇ ਟਾਈਮ ਦਾ ਮੁੰਡਾ ਕਦੇ ਟੌਪ ਦਾ ਖਿਡਾਰੀ ਆ ਪਤਾ ਲੱਗਣਾ ਚਾਹੀਦਾ ਥੰਬਣ ਵਾਲੀ ਆ ਬਾਬੇ ਖੇਜੇ ਦਾ ਪੋਤਾ ਆਇਆ ਕੋਈ ਅੱਜ ਪਤਾ ਲੱਗੇ ਤੇ ਸਵਾਦ ਮਿੱਤਰਾ ਫੇਰ ਆਉਣਾ ਗੱਲਾਂ ਫਿਰ ਹੋਣਗੀਆਂ ਵੀ ਮਾਣ ਰੱਖਣਾ ਪੈਣਾ ਆਓ ਯਾਰੀ ਵਿੱਚ ਨਫੇ ਨੁਕਸਾਨ ਨਹੀਂ ਉਹ ਦੇਖੀ ਦੇ ਮੰਜ਼ਲਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਦੇਖੀ ਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂ ਉਹ ਜੋੜੀ ਦਾ ਆਪਣੇ ਪਿਆਰਿਆਂ ਦਾ ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੁੜੀ ਦਾ ਕਈਆਂ ਦੇ ਦਿਲ ਟੁੱਟ ਵੀ ਜਾਣੇ ਹੈ ਕਈਆਂ ਦੇ ਜੁੜ ਵੀ ਜਾਣੇ ਹੈ ਹੁਣ ਸਾਹਮਣੇ ਅਡੋਟ ਫੈਨ ਫੋਲੋਇੰਗ ਹੈ ਕੋਈ ਕਿਸੇ ਦਾ ਫੈਨ ਹੈ ਕੋਈ ਕਿਸੇ ਦਾ ਫੈਨ ਹੈ ਦੁਨੀਆ ਪੁੱਜੀ ਹੋਈ ਹੈ ਇਹਨਾਂ ਮੈਚਾਂ ਨੂੰ ਦੇਖਣ ਦੇ ਲਈ ਕੋਖਰ ਵਾਲੇ ਸਿਰੇ ਚਹਿਲ ਅਰਗੇ ਯਾਰ ਵੀ ਵੱਡੀ ਗਿਣਤੀ ਚੋਂ ਆਏ ਹੈ ਆਓ ਵਧਾਈਆਂ ਵਾਲੇ ਭਾਊ ਦੇ ਕਹਿੰਦੇ ਐਨ ਇੱਕ ਨੂੰ ਸਿੱਧੀ ਕਰਤੀ ਹੈ ਮੈਂ ਪੁੱਤਾਂ ਜੱਟ ਦਾ ਅਰਜਨ ਵਰਗਾ ਨੀ ਅੱਖਾਂ ਵੱਢ ਕੇ ਤੀਰ ਟਿਕਾਣੇ ਲਾ ਦੂੰਗਾ ਜਨੇਤਪੁਰੀਆ ਬੱਲੇ ਬੱਲੇ ਕਰਵਾ ਗਿਆ ਵਧਾਈਆਂ ਪਹਿਲਾਂ ਵੀ ਬਾਲ ਆਈ ਕਿਹੜੇ ਪਾਸੇ ਤੇ ਲੱਗੀ ਕਿੱਥੇ ਆ ਔਰ ਮੁੰਡੇ ਨੂੰ ਕੁਝ ਸਮਝ ਨਹੀਂ ਆਇਆ ਰਾਜਪਾਲ ਬਾਗੜੀ ਵਰਗੇ ਇੱਧਰ ਸੇਮੇ ਵਰਗੇ ਪਿੰਡੇ ਵਰਗੇ ਤੇ ਨਿੱਟ ਤੇ ਬਿੱਟੂ ਹੈ ਟੀਮਾਂ ਦੋਵੇਂ ਬਰਾਬਰ ਦੀਆਂ ਨੇ ਔਰ ਪਤਾ ਲੱਗ ਜਾਣਾ ਕੌਣ ਕਿੰਨੇ ਪਾਣੀ ਦੇ ਵਿੱਚ ਆ ਦੀਪ ਸਿੰਘ ਵਾਲੇ ਦਾ ਕਹਿੰਦੇ ਮੈਨੂੰ ਫਿਰ ਫੈਸਲਾ ਸੁਣਾਉਂਦਾ ਬਾਲ ਫਾਊਲ ਹੈ ਅਮਰਿੰਦਰ ਕਿੰਨੇ ਹੋ ਗਏ ਸੱਤ ਉਧਰ ਨੇ ਤੇ ਚਾਰ ਇਧਰ ਹੈ ਸੱਤ ਨੰਬਰ ਆ ਭਨਿਆਰੀ ਵਾਲੇ ਮੁੰਡਿਆਂ ਦੇ ਬਾਬਾ ਦੀਪ ਸਿੰਘ ਕਲੱਬ ਦੀ ਟੀਮ ਦੇ ਤੇ ਚਾਰ ਨੰਬਰ ਆ ਚੁੱਕਿਆਂ ਦੇ ਬਾਬਾ ਦੀਪ ਸਿੰਘ ਕਲੱਬ ਵਾਲੇ ਮੁੰਡਿਆਂ ਨੇ ਵੱਡੀ ਲੀਡ ਬਣਾ ਲਈ ਹੈ ਤੇ ਧੰਨ ਬਾਬਾ ਦੀਪ ਸਿੰਘ ਜੀ ਆਹ 18 ਸ਼ੇਰ ਦਾ ਖੰਡਾ ਖੜਕਾਇਆ ਸੀਸ ਧੜੋਂ ਵੱਖ ਹੋ ਗਿਆ ਚੱਕ ਸੂਰਮੇ ਨੇ ਤਲੀ ਤੇ ਟਿਕਾਇਆ ਬੇਗ ਹਾਹਾਕਾਰ ਮੱਚ ਗਈ ਆਹ ਬੈਰੀ ਭੱਜ ਗਏ ਦੁਹਾਈਆਂ ਪਾਉਂਦੇ ਸਿੰਘਾਂ ਨੂੰ ਨਾ ਜਾਣਾ ਜਿੱਤਿਆ ਇਹ ਤਾਂ ਮਰੇ ਹੋਏ ਹੋ ਜਾਂਦੇ ਜਾਂਦੇ ਯੋਧੇ ਆਉਣ ਲੱਗੇ ਆਣੀਆਂ ਡਿੱਗੇ ਦੁਸ਼ਮਣ ਮੂੰਹ ਦੀ ਖਾ ਕੇ ਤੇ ਸਿਦਕ ਨਿਭਾਇਆ ਸੂਰਮੇ ਮੱਥਾ ਟੇਕਿਆ ਅੰਮ੍ਰਿਤਸਰ ਜਾ ਕੇ ਆਓ ਧੰਨ ਬਾਬਾ ਦੀਪ ਸਿੰਘ ਜੀ 18 ਸ਼ੇਰ ਦਾ ਖੰਡਾ ਖੜਕਾਇਆ ਬਾਬਾ ਦੀਪ ਸਿੰਘ ਕਲੱਬ ਵਾਲੇ ਮੁੰਡੇ ਵੱਡੀ ਕਹਿੰਦੇ ਲੀਡ ਬਣਾ ਲਈ ਹੈ ਆ ਸੇਮਾ ਚੁੱਗੇ ਵਾਲਾ ਬਾਲਾ ਤਗੜੀਆਂ ਲਾਉਂਦਾ ਵਧਾਈ ਵਾਲਾ ਭਾਊ ਬੱਲੇ 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 ਵਧਾਈ ਵਾਲਿਆ ਗੱਲ ਬੜੀ ਰਹੀ ਦੇਖ ਜਨੇਤਪੁਰੀਆ ਕਿੱਥੇ ਜੇ ਖੜਾ ਆਓ ਸਾਗਤਾਬ ਜੇ ਬਰਾਬਰ ਕਰੇ ਤੇ ਸਵਾਦ ਫੇਰ ਆ ਅੱਗੇ ਗੱਲਾਂ ਫੇਰ ਟਿਕਾਣੇ ਲੱਗਣ ਗਈਆਂ ਆਓ ਗੱਲ ਬਣਦੀ ਨੀ ਬਣਾਉਣੀ ਪੈਂਦੀ ਹੈ ਦੁਨੀਆ ਮੰਨਦੀ ਨੀ ਮਨਾਉਣੀ ਪੈਂਦੀ ਹੈ ਖੇਡ ਦਿਖਾਉਣੀ ਪੈਂਦੀ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਹੁਣ ਤੇ ਦੁਨੀਆ ਬਣਾਉਣ ਵਾਲੀ ਗੱਲ ਹੈ ਸਮੇਂ ਸਮੇਂ ਦੀ ਗੱਲ ਹੈ ਆਹ ਕੋਠੇ ਵਾਲਾ ਬਿੰਦਰ ਹੈ ਇਹ ਵੀ ਮੁੰਡੇ ਦੀ ਕਹਿੰਦੇ ਚੜ੍ਹਾਈ ਵੱਖਰੀ ਹੈ ਆਓ ਸਾਹਮਣੇ ਬਾਬਾ ਦੀਪ ਸਿੰਘ ਦੀ ਖੇਡ ਕਲੱਬ ਰਾਜ ਬੰਨ ਵਰਗਾ ਗੱਡੀ ਕਲੱਬ ਹੈ ਗੱਡੀਆਂ ਦੀ ਕਲੱਬ ਦੁਨੀਆ ਕਹਿੰਦੀ ਹੈ ਠੰਡੀ ਠੰਡੀ ਹਵਾ ਵੀ ਚੱਲ ਰਹੀ ਹੈ ਝੂਲਦੇ ਹੋਏ ਦਸਾਨੀ ਦੇ ਝੰਡੇ ਇੱਕ ਪਿਆਰ ਦਾ ਸਬੂਤ ਪਿਆਰ ਦੀ ਗਵਾਹੀ ਦੇ ਰਹੇ ਹੈ ਇੱਕ ਇੱਕ ਦੀ ਗਵਾਹੀ ਭਰ ਰਹੇ ਹੈ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਆਓ ਟੀਮਾਂ ਕਹਿੰਦੇ ਤਿੰਨੋਂ ਟੌਪ ਦੀਆਂ ਜਿੱਤਣਾ ਕਿਹਨੇ ਸਕਦੇ ਰਹਿਣੀ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਚੁੱਗਿਆਂ ਵਾਲਾ ਪਿੰਡ ਹੈ ਉਮਰ ਸੋਟੀ ਹੈ ਆ ਪਿੰਡਾਂ ਚੁੱਗਿਆਂ ਵਾਲਾ ਕਮਾਲ ਦੇ ਮੇਲੇ ਤੋਂ ਕਮਾਲ ਕਰਕੇ ਨਾਂ ਬਣਾਇਆ ਮੁੰਡੇ ਨੇ ਇੱਕ ਸਾਲ ਜ਼ਿਲ੍ਹੇ ਲੁਧਿਆਣੇ ਦੇ ਕਮਾਲ ਪਿੰਡ 'ਚ ਬਹੁਤ ਤਗੜਾ ਖੇਡਿਆ ਪਿੰਡਾਂ ਉੱਥੋਂ ਚਰਚੇ ਹੋਏ ਆ ਯਾਰੀ ਪੱਕੀ ਆ ਕੋਠੇ ਵਾਲੇ ਨਾਲ ਪਰ ਅੱਜ ਸੱਜਰੇ ਸ਼ਰੀਕ ਬਣੇ ਬੈਠੇ ਆ ਕਿ ਬੱਲੀਏ ਬਣਾ ਗਏ ਝਾਂਜਰ ਤੇਰੀ ਆਓ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਦੇ ਕੋਕਾ ਬਣਦਾ ਜਾਂ ਬਣ ਜਾਣਾ ਸੁਰਮਾ ਨਹੀਂ ਫਿਰ ਪੱਕੇ ਬਣ ਜਾਵਾਂਗੇ ਗਾਂਧੀ ਤੇਰੀ ਦੇ ਮੜ ਕੇ ਅੱਜ ਤੈਨੂੰ ਟੱਕਰਾਂਗੇ ਹਉ ਸੱਜਰੇ ਸਰੀਕ ਤੇਰੇ ਬਣ ਕੇ ਨਹੀਂ ਅੱਜ ਤੈਨੂੰ ਟੱਕਰਾਂਗੇ ਵਾਕਈ ਸੱਜਰੇ ਸਰੀਕ ਬਣੇ ਹੋਏ ਹੈ
ਸੁਪਰ ਵੀ ਸੋਹਣੇ ਐ ਡਿਫੈਂਸਰ ਵੀ ਕਮਾਲ ਦੇ ਐ ਆਹ ਚਾਰੇ ਪਾਸੇ ਚਰਚੇ ਨੇ ਚੱਕਾਂ ਦੇ ਹੌਲਦਾਰ ਦੇ ਕਿਤੇ ਗੱਲਾਂ ਚੱਲੀਆਂ ਇਧਰ ਇੱਕ ਨੰਬਰ ਚ ਵੀ ਸਿਵੀਆਂ ਵਾਲੇ ਮੁੰਡਿਆਂ ਨੇ ਵੱਡੀ ਟੀਮ ਰੋਕੀ ਪਈ ਆ ਐਂਡ ਭੈਣੀ ਬਾਈ ਵਾਲਾ ਵੀ ਫਿੱਟ ਐ ਭੜਿਆਰੀ ਵਾਲਾ ਕੰਪਿਊਟਰ ਗਲਤੀ ਕਰ ਗਿਆ ਲੈ ਵੀ ਨੰਬਰ ਕਿੰਨੇ ਕਿੰਨੇ ਆ ਬਾਈ ਇਧਰ ਸਰਜੀਤ ਅੱਠ ਨੰਬਰ ਆ ਸਿਵੀਆਂ ਦੀ ਟੀਮ ਦੇ ਤੇ ਸੱਤ ਨੰਬਰ ਆ ਭੜਿਆਰੀ ਵਾਲੇ ਮੁੰਡਿਆਂ ਦੇ ਇੱਕ ਨੰਬਰ ਦੀ ਲੀਡ ਆ ਸਿਵੀਆਂ ਵਾਲਿਆਂ ਨੇ ਬਣਾ ਲਈ ਆ ਮੁੰਡਿਆਂ ਨੇ ਮੈਂ ਪਹਿਲਾਂ ਦੱਸਿਆ ਜਿੱਦਣ ਸਿਵੀਆਂ ਵਾਲੇ ਫਿੱਟ ਹੁੰਦੇ ਆ ਇੱਕ ਟੀਮ ਨੂੰ ਆਲੂ ਭੁਜੀਆਂ ਦੇ ਦਿੰਦੇ ਆ ਅੱਜ ਕਿਹੜੀ ਟੀਮ ਦਾ ਨੰਬਰ ਲਾਉਣਾ ਇਹ ਕੋਈ ਪਤਾ ਨਹੀਂ ਆਹ ਅੱਠ ਤੇ ਕਿਹੜੇ ਸੱਤ ਦੀ ਟੱਕਰ ਆ ਜੇ ਨੌਵਾਂ ਲਾਤਾ ਰਿੱਕੀ ਤੇ ਸਵਾਦ ਫੇਰ ਆਉਣਾ ਜਾਂ ਫਿਰ ਕਹਿੰਦੇ ਮੁੰਡੇ ਮਾਨਸਾ ਵਾਲੇ ਨੂੰ ਵੀ ਮਸਲੇ ਆਪਾਂ ਨੂੰ ਸੁਲਝਾਉਣੇ ਪੈਣੇ ਆ ਕਿਹੜੀ ਲਾਈਟ ਕਿਹੜੀ ਲਾਈਟ ਬੰਨੇ ਚਲੋ ਚਲੋ ਠੀਕ ਹੈ ਹੁਣ ਮੱਕੂ ਕਨਾਰਾ ਮੰਨੇ ਦੇ ਗਦਾਰਾਂ ਵਾਲੀਆਂ ਲੱਟਾਂ ਵੱਧ ਵੱਜਦੀਆਂ ਤੇਰਾ ਨੀ ਮਸੂਰ ਤੇਰੇ ਗੋਰੇ ਰੰਗ ਦਾ ਹੈ ਔਰ ਵਾਕਈ ਵੱਡੇ ਚੜਦੇ ਨੇ ਇਧਰਲੇ ਪਾਸੇ ਕਦੇ ਭੜਿਆਰੀ ਵਾਲੇ ਨੇ ਫਿਰ ਕਮਾਲ ਕਰਦੀ ਸਰਵਿਸ ਚੇਂਜ ਹੈ ਵਿੱਕੀ ਤਿਆਰ ਹੈ ਆ ਸੇਮਾ ਨੌਜਵਾਨ ਤਰਸੇਮ ਸਿੰਘ ਨਾਮ ਹੈ ਚੀਮਿਆਂ ਦਾ ਮੁੰਡਾ ਵੱਡੇ ਚਰਚਾ ਬੜੇ ਨਰਮ ਸੁਭਾਅ ਦਾ ਮਾਲਕ ਹੈ ਔਰ ਮੇਰੇ ਮਿੱਤਰੋ ਪਿੰਡਾ ਗਲਤੀ ਕਰ ਗਿਆ ਤੇ ਸਫਲਤਾ ਫਿਰ ਜਿਹੜੀ ਬਾਬਾ ਦੀਪ ਸਿੰਘ ਕਲੱਬ ਦੇ ਜਿਹੜੀ ਖਾਤੇ ਜੁੜ ਗਈ ਹੈ ਔਰ ਤਿਆਰਾ ਮੁੰਡਾ ਹਰਿਆਣੇ ਵਾਲਾ ਪ੍ਰਿੰਸ ਹੈ ਜਿਹਨੇ ਸਰਵਿਸ ਕਰਨੀ ਹੈ ਇੱਕ ਮੋਟਰਸਾਈਕਲ ਦਾ ਕਹਿੰਦੇ ਜੇਤੂ ਹੈ ਪੰਜਾਬ ਹਰਿਆਣੇ ਦੇ ਵੱਡੇ ਵੱਡੇ ਕੱਪਾਂ ਦੇ ਧਾਕੜ ਕਰਾਉਣ ਵਾਲਾ ਡਿਫੈਂਸਰ ਆਹ ਮੁੰਡਾ ਹਰਿਆਣੇ ਵਾਲਾ ਪ੍ਰਿੰਸ ਹੈ ਇੱਕ ਪਾਸੇ ਰਾਜਪਾਲ ਮਗਰ ਫੌਜੀ ਹੈ ਇੱਧਰ ਵਿੱਕੀ ਤੇ ਚਰਚੇ ਕਹਿੰਦੇ ਕਮਲ ਦੇ ਵੀ ਵੱਡੇ ਇਹ ਹਰਿਆਣੇ ਵਾਲੇ ਚਾਰੇ ਡਿਫੈਂਸਰਾਂ ਨੇ ਦੁਨੀਆਂ ਦਾ ਮੂੰਹ ਕਹਿੰਦੇ ਘੁਮਾ ਕੇ ਰੱਖਿਆ ਵੱਡੇ ਵੱਡੇ ਟੈਕਰਾਂ ਤੋਂ ਛੇਤੀ ਛੇਤੀ ਲੋਟ ਨਹੀਂ ਆਉਂਦੇ ਤੇ ਚਾਰੇ ਗਰਾਊਂਡ 'ਚ ਆਪੋ ਆਪਣੀਆਂ ਟੀਮਾਂ ਲਈ ਕਹਿੰਦੇ ਟੌਪ ਦਾ ਪ੍ਰਦਰਸ਼ਨ ਕਰਦੇ ਆ ਇੱਧਰ ਬਾਲ ਫਾਊਲ ਹੈ ਅਮਰਿੰਦਰ ਦਸ ਨੰਬਰ ਕਿੰਨੇ ਕਿੰਨੇ ਨੇ ਛੇ ਸੱਤ ਨੇ ਛੇ ਨੰਬਰ ਆ ਚੁੱਕਿਆਂ ਦੀ ਟੀਮ ਦੇ ਤੇ ਸੱਤ ਉੱਧਰ ਨੇ ਹੁਣ ਸੱਤ ਸੱਤ ਹੋ ਗਏ ਛਾਵਾ ਯਾਰ ਬਾਲ ਰੱਖੀ ਚੱਲ ਕੋਈ ਨੀ ਮਾਗ ਨਹੀਂ ਹੋ ਸਕਦਾ ਤੂੰ ਗਲਤੀ ਹੋ ਗਈ ਗਾਂ ਬਰਿੰਦਰ ਬਰਾਬਰ ਕਰ ਦੇ ਕੋਈ ਗੱਲ ਚੱਲ ਹੁਣ ਰਜੀਤ ਤਾਂ ਹੋ ਹੀ ਗਈ ਗਲਤੀ ਮੰਨ ਲਾ ਗਲਤੀ ਹੋ ਗਈ ਕੀ ਕਰ ਸਕਦਾ ਹੋਰ ਸਾਡੀ ਸਤਿਕਾਰ ਕਮੇਟੀ ਬੜੇ ਪਿਆਰ ਦੇ ਨਾਲ ਜਿਹੜਾ ਪ੍ਰਸ਼ਾਦਾ ਪਾਣੀ ਸਕਾ ਰਹੀ ਹੈ ਲੰਗਰ ਖੁੱਲ੍ਹਾ ਚੱਲ ਰਿਹਾ ਜਿਹੜੇ ਵੀਰ ਹਲੇ ਤੱਕ ਵੀ ਲੰਗਰ ਤੋਂ ਵਾਂਝੇ ਲੰਗਰ ਛਕ ਸਕਦੇ ਹੈ ਗੁਰੂ ਦਾ ਲੰਗਰ ਜਿਹੜਾ ਖੁੱਲ੍ਹਾ ਚੱਲ ਰਿਹਾ ਜੀ ਸਾਰੇ ਸੇਵਾਦਾਰ ਵੀ ਉੱਥੇ ਜਾ ਵੜਨ ਭਾਗੋ ਅਤੇ ਨਾਨਕੀ ਦੇ ਕੂੜੇ ਠੁਕਰਾ ਕੇ ਵੇਟਾ ਹੋਣਾ ਲਾਲੋ ਦੀ ਝੋਪੜੀ 'ਚ ਜਾ ਕੇ ਜੇ ਤਾਂ ਮੁੱਢ ਤੋਂ ਗਰੀਬਾਂ ਨਾਲ ਬਾਹ ਮੈਂ ਤਾਰਿਆਂ ਨੂੰ ਪੁੱਛਦੀ ਫਿਰਾਂ ਮੈਨੂੰ ਦੱਸੋ ਨਨਕਾਣੇ ਵਾਲਾ ਰਾਹ ਮੈਂ ਸਖੀਆਂ ਤੋਂ ਪੁੱਛਦੀ ਫਿਰਾਂ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਦੀਆਂ ਗੱਲਾਂ ਹੋਈਆਂ ਬਾਬਾ ਜੀ ਨੇ ਇੱਕ ਸੌਦਾ ਕੀਤਾ ਜਿੱਥੇ ਜਿੱਥੇ ਵੀ ਪੰਜਾਬੀ ਵੱਸ ਗਏ ਹੈ ਗੁਰੂ ਦੇ ਲੰਗਰ ਜਿਹੜੇ ਖੁੱਲ੍ਹੇ ਚੱਲਦੇ ਹੈ ਨਵੇਂ ਕੰਪਿਊਟਰ ਵਾਰਮ ਅਪ ਹੋਇਆ ਰੁਕੀ ਹੋਈ ਵਾਰਮ ਅਪ ਰੁਕੀ ਕਹਿੰਦਾ ਵੀ ਵਾਰਮ ਅਪ ਇੱਕ ਟੀਮ ਹੋ ਗਈ ਹੈ ਥੋੜ੍ਹਾ ਸ਼ਰਮਾ ਵੀ ਵੇਹਦਾ ਹੋਣਾ ਸੌਦਾ ਵੀ ਵੇਹਦਾ ਫਿਰ ਕਿੰਨੇ ਕਿੰਨੇ ਪੈਣਾ ਮਾਸਟਰ ਜੀ ਦੇ ਸ਼ਾਲੂ ਦੀ ਟੀਮ ਦੇ ਅੱਠ ਨੰਬਰ ਆ ਰਿੱਕੀ ਹੁਣਿਆਂ ਦੇ ਸਿਵੀਆਂ ਦੀ ਟੀਮ ਤੇ ਬਹੁਤ ਤਗੜੀ ਟੱਕਰਾਂ ਬਰਾਬਰ ਦੇ ਭਿੜ ਰਹੀਆਂ ਦੋਵੇਂ ਟੀਮਾਂ ਇੱਧਰ ਮੈਨੂੰ ਲੱਗਦਾ ਸੱਤ ਸੱਤ ਹੋ ਗਏ ਅਮਰਿੰਦਰ ਸੱਤ ਨੰਬਰ ਚੁੱਕਿਆਂ ਦੇ ਤੇ ਸੱਤੀ ਭਨਿਆਰੀ ਬਾਗੜੀ ਦੇ ਹੈ
गुरजीत वर्गे लव वर्गे मुंडे एंड मेरे मित्रों कमाल करी आउंदे आ रवि वर्गे भावां दा पिंडा काली आला और बड़ा चर्चा है नौवां नंबर चंडीगढ़िया सामा अपनी टीम दे लई जोड़ गया है साइडा जिहड़ियां चेंज ने एक नंबर ग्राउंड दियां अगले मैच बहुत तगड़े मेरी बेनती वांदर डोंट जज ये टीमां दा मैच खेडा जाना इस तों बाद दो नंबर ग्राउंड दे नेड़े आ जाण ये टीमां नूं मेरी बेनती है एक नंबर ग्राउंड ही आ भाई लवी कन्फर्म कर लो बलीपुर वाले हैगे है कि नहीं अच्छा फिर एक ही मैच रह गया देखूंगा फिर अगली अटैक पाई एक नंबर तो जोड़ी कुत्तू भी वह भरोसा पूरा पक्का पता ना बस ठीक है सिंगल ही सी या एक ही सी हुआ दो दस हो गए विक्की पट्टियां जी कालिया ने नहीं दिस पर्चियां अठ ते सत की टक्कर है अठ नंबर है पनियारी बागड़ी की टीम दे सत नंबर है चुगिया की टीम दे कितने उत्ते कदे थले कदे पूरी बल्ले बल्ले कदे तां संभाले साथों जांदे नोट ना कखों हौले ना कमाइयां रहिंदियां सदा नहीं हालात रहिंदे माड़े बंदे ते आओ सदा नहीं बंदियां चढ़ाइयां रहिंदियां समय समय की गल है आओ सामने दोनों टीमां की कहिंदे चढ़ाई बड़ी है दोनों टीमां की चर्चा बड़ी है खेड मैदान दे विच तगड़ा मैच खेडा जा रहा है उधर सत गोलियां यार आ गया है गुरप्रीत दियां चेंज आ जी अठ नौ उधर गुरप्रीत गिल सतूरिया यार भी आ गया है एंड गल्ला होंदिया है मैच बड़ा तकड़ा है देवी देवके दे कुर्सी ते बैठा ना रहे जी सरगे आ बीकानेर बन जाना है मैं लगता भी नंबर कई उत्ते हो गए लाभ है गोवाला बहुत सोना खेलता है इक्की घाट है मैच घट खेलता है खेल बड़ी सोहनी है मुंडे की बहुत तकड़ा मैच और खुशे वर्गे खेल रहे है उत्ताले एक तगड़ी टीम बनी हुई है खेल मैदान दे विच बड़ा बढ़िया मुकाबला खेडा जा रहा है दोनों टीमां बड़िया टॉप दी है ते सफलता फिर रोटिया की टीम के खाते देव भाई कोई नंबर जरूर दस दी कि है ਨਹੀਂ ਬਾਈ ਤਾਂ ਢਿੱਲੋਂ ਵਾਲੀ ਸਾਈਡ ਪਾਤਰੀ ਐਲਐਸ ਆਈਲੈਂਡ ਸਟੱਡੀ ਵੀਰ ਵਾਲੇ ਵੀਰ ਇਹਨਾਂ ਦੀ ਇੱਕ ਬਰਾਂਚ ਕੋਟਕਪੂਰੇ ਤੇ ਦੂਜੀ ਭੱਤੇ ਪਾਈ ਹੈ ਉਹਨਾਂ ਵੀਰਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਯਾਦਵਿੰਦਰ ਤੇ ਸੁਖਜਿੰਦਰ ਸਾਡਾ ਭਰਾ ਵੱਡੇ ਮਾਨ ਵੱਡੇ ਸਨਮਾਨ ਸਾਡੀ ਸਮੁੱਚੀ ਖੇਡ ਕਲੱਬ ਦੇ ਵੱਲੋਂ ਕੀਤੇ ਜਾ ਰਹੇ ਹੈ ਨਾਲ ਹੀ ਜੇਤੂ ਰਾ ਕੇ ਕਵਾਟਰ ਦੀਆਂ ਟਾਈਆਂ ਪਾਉਣ ਲੱਗਿਆ ਜੀ ਦੋ ਨੰਬਰ ਗਰਾਊਂਡ 'ਚ ਸਭ ਦੇ ਸਾਹਮਣੇ ਟਾਈਆਂ ਪਾਵਾਂਗੇ ਜੇ ਕੋਈ ਵੀਰ ਆਉਣਾ ਚਾਹੁੰਦਾ ਬੇਸ਼ੱਕ ਆ ਸਕਦਾ ਸਭ ਦੇ ਸਾਹਮਣੇ ਟਾਈਆਂ ਪੈਣਗੀਆਂ ਦੋ ਨੰਬਰ ਗਰਾਊਂਡ 'ਚ ਕੋਈ ਵੀ ਪਰਚੀ ਤੱਕ ਲੈ ਜੀ ਕਵਾਟਰ ਦੀਆਂ ਟਾਈਆਂ ਭਾਈ ਦਸ ਨਾ ਹੋ ਗਏ ਗਿਆਰਾਂ ਦਸ ਵੀਰੇ ਗਿਆਰਾਂ ਰਿੱਕੀ ਸਿਵਕਾਂ ਦੇ ਦਸ ਸ਼ਾਲੂ ਭਨਿਆਰੀ ਦੇ ਹਣੀ ਬਸ ਰਿੱਕੀ ਸਿਵਕਾਂ ਗਿਆਰਾਂ ਸ਼ਾਲੂ ਭਨਿਆਰੀ ਦਸ ਸਰ ਗਿੱਟੇ ਖਾ ਗਿਆ
दस ग्यारह माण किया जाएगा तिने ग्राउंडा चो जितने वाली टीमों के लिए विशेष तौर पर माण सम्मान हो गए क्वाटर दाइया पाती जी और मैच भी बड़े तगड़े ने जेड़ा मैच चलता एक नंबर ग्राउंड च शालू पनिहारी जेतू टीम ने खेडना फरोशा बी दे नाल प्री क्वाटर जेड़ा उहदे जो जितेगा उहदा मैच खेडा जाना जिहड़ी टीम जितेगी दो नंबर ग्राउंड चो चुगे दे पनिहारी बागड़ी चो जिहड़ी जितेगी उहदा फिर अगे उहनां दा मैच है जेड़ा मैच चलदा तीन नंबर ग्राउंड फरोशा ए टीम ते रोडे जिहड़ी टीम जितेगी इहनां चो उहदा क्वाटर खेडा जाना ढाबा दी टीम दे नाल हिम्मतपुरे दा मैच है दीप सिंह वाले दे नाल वांदर डोड जज का मैच है वांदर डोड की टीम ना जज वाइया क्वाटर निकला है ना जज बागो बागा दूजी टीम भी बागो बागा दोवे पिंड टीमों का मैच है जी क्वाटर उधर जसविंदर बाई साढ़े वीरां लई कौले उन्हां दा विशेष तौर ते सन्मान है बैस्टां दे लई वड्डे माण होणगे इन्हां वीरां दे वन्नियों ते नाल सरबजीत बाई जी आ जाण उन्हां दा भी विशेष तौर ते सन्मान कीता जाएगा जसविंदर सिंह जी साढ़े बाई आ गए बहुत बहुत धन्यवाद वीरां लई वाले वड्डे वीर और बैस्टां दे लई जिहड़े बदान दित्ते जाणगे बहुत बहुत शुक्रिया ते वड्डे खेड मेले दे लई और अगले टूरनामेंट के लिए भी वड्डियां जिहड़ियां आसां ने वड्डियां उम्मीदां ने वीरां दे अगले साल भी भरावां ने वड्डे विश्वास दित्ते आ भी जिहड़ी जिम्मेवारी लाउणगे प्रबंधक वीर आपां उही जिम्मेवारी सांभांगे बहुत वड्डा धन्नवाद जसविंदर होणा दा वीजा लिंक वाले सारे वीरां दा नाल ही एक नंबर दे नेड़े आओ जी फरोशा दी बी टीम और जल्दी नाल मेरे वीर बन के ग्राउंडां दे नेड़े रहण दे खिडारी हिम्मतपुरा ते दीप सिंह वाला ये भी टीम तैयार पर तैयार रहन तीन नंबर ग्राउंड के नेड़े आ जाण ते दो नंबर ग्राउंड के पिंड दीआं दोवें टीमां रेडी रहणगीआं दोवें टीमां पिंड दीआं जज वांदर डोड ते वांदर डोड दी ए टीम है जिहड़ी ये दोवें टीमां जिहड़ीआं दो नंबर ग्राउंड च आ जाण अगला मैच इन्हां टीमां दा जिहड़ा खेडा जाणा मेरी बेनती है जिहड़ा तीन चों जित्तेगा उहदा मैच है ढाबां दे नाल ये जिहड़े क्वाटर फाइनल खेडे जाणगे उधर सरबजीत बाई का सन्मान किया जा रहा है साड़ी कमेटी के वनियों बहुत बहुत धन्यवाद बहुत वड्डे मान ते सन्मान जिहड़े दित्ते ने इन्हां वीरां ने खुशी भी आवे घटिया लिया अपना सन्मान लवे जी आगे खुशी घटिया लिए उन्होंने बेनती है साढ़े वीर वो भी आके अपना मान सम्मान जोड़ा लै जाए भरा सा खुशी घटिया लिए जिथे भी आवाज न सुनना जरूर आ जाए बेनती है मेरी अमरिंदर किन्ने किन्ने पॉइंट हो गए नौ नौ पॉइंट उन्हों का वाधा सौ बारह ग्यारह ध्यान आसे पासे हो जाता फिर इधर ध्यान रहने का जी मैच समाप्त है तीन नंबर का अगला मैच बोलो जी आओ जी हिम्मतपुरा ते दीप सिंह वाले दी टीम आ जान हिम्मतपुरा ते दीप सिंह वाला शाबाश रेफरी है जी रेफरी है फिर पिंड दी दोवें टीम आ जाओ जी भाई जी जी
जज भाई जी आओ अमरिंदर रैफरी बैठा दोवे टीम पिंड दी आ जाओ जज भाई जी आओ तीन नंबर ग्राउंड से मैच है तुहाडा वांदरगोड़ दी दोवे टीम आओ जी जज की टीम ते वांदरगोड़ ए दे खिलाड़ी जेडे तीन नंबर ग्राउंड च आउणगे वांदर वाले जज दा आ गया भाई वांदर वाले वाली मैच जज नाल सिद्धू वेरी गुड ओ शालू थोड़ी पूनी भी दर्द कर दी चलाओ मैच मेरे तीन नंबर ग्राउंड से आ गई दोवे टीम रैफरी आवे रोडिया की टीम का उधर जग्गा भी आया वीर साडा कालेके वाला बहुत वधिया कबड्डी खिलाड़ी भरा साडा उहदा भी स्वागत है वड्डे वीर का मैं भी तीन नंबर ग्राउंड का मैच जल्दी ना शुरू कर दिए जी जज जी पहुंचो टीम लेके तो खुशी का सन्मान है खुशी अपना सन्मान भी लवे तो मैच भी खेडिए क्योंकि किन्ने किन्ने हो गए पॉइंट 12 12 14 12 की दे पनियारी दे ते 14 सिविया दे चन्नण खेड़े वाला कैंट जेकर आया तो संपर्क करे जंटू नु याद करदा जे आवाज नु सुनदा साडा वीर कैंट चन्नण खेड़ा बेनती है मेरी जरूर संपर्क करेगा 12 नंबर उधर पनियारी शालू की टीम दे ते 14 पॉइंट मेरे मित्रों सविया दे मुंडिया दे संदीप ब्राड क्लब आस्ट्रेलिया की टीम दे जेडे 14 नंबर सविया दे और 12 पॉइंट पनियारी की टीम दे दविंदर ब्राड क्लब दे 12 ते 13 किने करने है और सुखे ने नंबर 13वां जोड़ दिता नौजवान ने भाई तीन नंबर ग्राउंड खाली है 12-14 दे नाल पिंड दी तीन टीमां जो कृपा करके जज जी मैच है आ समा आपां ना खराब करिए भरा बंदे जल्दी दे नाल आ जाओ टीमां अमृतर किन्ने किन्ने हो गए 9 नाल हेलो
भाई टीम आओ सिद्धू सलेम शाह जी जल्दी आ जाओ भरा बन गया समा ना खराब करिए सिद्धू सलेम शाह साडा वीर जल्दी दे नाल आ जाओ कृपा करके आप मैच चला दिए जेडे खिलाड़ी रेंदे है जल्दी आ जाओ जी संदीप सिंह सिडनी गया वीरे सिडनी अज मगदा एम आई डी सी फुल जानकारी रखनी पैंदी है ना कोई भी सवाल करो यार संदीप भाई मेरे की हाल है वीरे हुणे गया संदीप वीरे हाँ जी वीरे बहुत तगड़ा मैच खेडा जा रहा है एक नंबर टीम दरम्यान वड्डी टक्कर है उधर आशीष शर्मा साडा वीर न्यूजीलैंड वाला नाल हैरिया बढ़ाक वाला ते तोता बैठा जगावे वाला वीर साडा राजू भिंदर वर्गे ते नाल जतिंदर कोकरी ते नाल रौली वाला मनदीप वड्डे कहिंदे ऐलान होण लग्या मेरे मित्रों गल्लां होणगियां खेड दे मैदान विच आशीष शर्मा न्यूजीलैंड हैरी बढ़ाक तोता जगावा राजू भिंदर जतिंदर कोकरी ते मनदीप गिल न्यूजीलैंड तलवंडी मजू दे आने वाले वड्डे खेड मेले दे तलवंडी वाले जीत दा सन्मान मोटरसाइकल नाल कीता जावेगा वड्डी मुबारक दादा जीत तलवंडी वालिया आओ बैठे बैठे नूं वड्डा सरप्राइज देदा गज्जे जणे फेर गल्लां होणगियां रौली वाला गया जिद्दां दा न्यूजीलैंड ते ऐलान मेरे मित्रों वड्डे हो रहे आ भाई साडा कहिंदा आशीष शर्मा हैरी बढ़ाक हुणी चगावां वाले तोते वर्गे राजू भिंदर जतिंदर कोकरी मनदीप न्यूजीलैंड इन्हां वीरां दे बनियो तलवंडी मजू के दे वड्डे खेड मेले दे जीत दा सन्मान जिहड़ा उह नवे मोटरसाइकल नाल कीता जावेगा बहुत वड्डियां मुबारकां जीत उस्ताद नूं बड़ी लंबी पारी खेडदा आ रहा ग्राउंडां दे विच इह बणदे आ माण ते सन्मान इन्हां पुराने खिडारियां दे जिद्दां लोड़ है नवे खिलाड़ियों अगे लैके आने की उदा ही मेरे मित्रों जरूरत है लोड़ है पुराने खिलाड़ियों सामने की भी लोड़ है गलां बड़िया ने बहुत तगड़े खिलाड़ियों के मान सम्मान जोड़े बढ़ते भी है उधर एक नंबर ग्राउंड च भी वड्डी टक्कर वही पॉइंट दस दो किन्ने किन्ने ने बिल्लू बोड़ा जी पुछो उधर उधर
गेंद की दर गेंद तो उधर 14 ਹਰਿਆਣੀ ਦਾ ਗੇਮ ਪਲਟ ਹੈ ਜੀ 14 ਨੰਬਰ ਉੱਪਰ 1 ਨੰਬਰ ਗਰਾਊਂਡ 'ਚ ਸਰੀਆਂ ਦੀ ਟੀਮ ਤੇ ਜਿਹੜੀ ਟੀਮ ਬਲੂ ਜਰਸੀਆਂ 'ਚ ਬਲੂ ਕਿੱਟਾਂ ਦੇ ਖੇਡਦੀ ਆ ਹਰਿਆਣੀ ਦੀ ਟੀਮ ਹੈ ਹਰਿਆਣੇ ਵਾਲੇ ਮੁੰਡੇ ਔਰ ਦੂਜੇ ਪਾਸੇ ਟੀਮ ਹੈ ਜਿਹੜੀ ਸਰੀਆਂ ਪਿੰਡ ਦੀ ਮੇਨ ਗੇਟ ਵਾਲੇ ਪਾਸੇ ਮੇਨ ਗਰਾਊਂਡ ਵਾਲੇ ਪਾਸੇ 1 ਨੰਬਰ ਗਰਾਊਂਡ 'ਚ ਜਿਹੜੀ ਟੀਮ 2 ਨੰਬਰ ਗਰਾਊਂਡ 'ਚ ਸਟੇਜ ਵਾਲੀ ਸਾਈਡ ਖੇਡ ਰਹੀ ਹੈ ਕੋਈ ਹਰਿਆਣੀ ਦੀ ਟੀਮ ਹੈ ਬਾਬਾ ਦੀਪ ਸਿੰਘ ਕਲੱਬ ਦੀ ਤੇ 2 ਨੰਬਰ ਗਰਾਊਂਡ 'ਚ ਪਰਲੇ ਪਾਸੇ ਟੀਮ ਹੈ ਜਿਹੜੀ ਮੇਨ ਗਰਾਊਂਡ ਜਿਹੜਾ ਪਿੰਡ ਦਾ ਜਾਲ ਵਾਲਾ ਉਧਰਲੇ ਪਾਸੇ ਮੇਨ ਗੇਟ ਵਾਲੇ ਪਾਸੇ ਟੀਮ ਹੈ ਚੁੱਕੇ ਪਿੰਡ ਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ ਇੱਧਰ 3 ਨੰਬਰ ਗਰਾਊਂਡ 'ਚ ਦੋਵੇਂ ਪਿੰਡ ਦੀਆਂ ਟੀਮਾਂ ਨੇ ਅੱਛਾ ਬਾਲ ਚਲੀ ਉਧਰ ਵੀਰੇ ਲੈ ਕੇ ਆਓ ਜੀ ਬਾਲ ਕੋਈ ਰਣਾ ਜਾ ਕੇ ਭਰਾ ਮੇਰਾ ਕਮੇਟੀ ਵਾਲਾ ਬਈ ਜਾਈ ਵੀਰੇ ਭੱਜ ਗਿਆ ਕਿੰਨੇ ਕਿੰਨੇ ਪੁਆਇੰਟ ਅਮਰਿੰਦਰ 12 ਕਿੱਧਰ ਆ ਚੁੱਕਿਆ ਨੇ ਤੇ 9 ਇੱਧਰ ਨਹੀਂ ਜਿਹਦੇ ਕੋਲੇ ਕਾਪੀ ਉਹਨੂੰ ਪੁੱਛੋ ਤੇਰਾ ਕਸੂਰ ਨਹੀਂ ਤੂੰ ਲੈਦਰ ਜ਼ਿਆਦਾ ਖੇਡਣ ਲੱਗ ਗਿਆ ਵਾਲੀਬਾਲ ਵੱਲ ਧਿਆਨ ਘੱਟਦਾ ਤੇਰਾ ਬਿੱਲੂ ਥੋੜਾ ਚੁੱਕਿਆਂ ਦੀ ਟੀਮ ਹੈ ਜਿਹੜੀ ਉਹਨਾਂ ਦੇ 12 ਨੰਬਰ ਦੇ ਤੇ 9 ਪੁਆਇੰਟ ਇੱਧਰ ਆ ਜਿਹੜੇ ਪੰਧਿਆਰੀ ਦੀ ਟੀਮ ਤੇ 3 ਪੁਆਇੰਟਾਂ ਦਾ ਫਰਕ ਹੈ ਉਧਰ 14 ਪੁਆਇੰਟ ਹੈ ਸਿਵੀਆਂ ਦੇ ਮੁੰਡਿਆਂ ਦੇ ਤੇ ਲਾਸਟ ਹੈ ਪੰਧਿਆਰੀ ਦੀ ਟੀਮ ਦਾ ਬਹੁਤ ਤਗੜਾ ਖੇਡ ਰਿਹਾ ਸਿਵੀਆਂ ਦੇ ਮੁੰਡੇ ਵੀ ਐਂਡ ਰਿੱਕੀ ਵਰਗੇ ਨੰਬਰ ਲੱਗਦਾ ਵੀ ਮਾਸਟਰ ਜੀ 15ਵਾਂ ਲੱਗ ਗਿਆ ਚੇਂਜ ਹੋ ਗਈ ਸਰਵਿਸ ਚੇਂਜ ਹੈ 14 ਸਿਵੀਆਂ ਦੇ ਲਾਸਟ ਹਰਿਆਣੇ ਵਾਲਿਆਂ ਦਾ 1 ਨੰਬਰ 2 ਦਾ ਫਰਕ ਹੈ 3 ਨੰਬਰ ਦਾ ਮੈਚ ਕਿਉਂ ਨਹੀਂ ਚੱਲ ਰਿਹਾ ਵੀਰ ਜੀ ਜੱਜ ਬਾਈ ਜੀ ਆਓ ਗਰਾਊਂਡ 'ਚ ਮੈਚ ਚਲਾਈਏ ਆਪਾਂ 3 ਨੰਬਰ ਗਰਾਊਂਡ ਦਾ ਜਲਦੀ ਦੇ ਨਾਲ ਵਾਂਦਰ ਡੋੜ ਦੀ ਟੀਮ ਆ ਗਈ ਹੈ ਜੱਜ ਆਵੇ ਵੀਰ ਸੁਣਾ ਆ ਗਿਆ ਗਰਾਊਂਡ 'ਚ ਧੰਨਵਾਦ ਲੈ ਵੀ ਜੱਜ ਚਲਾਓ ਮੈਚ ਵੀਰੇ ਜਲਦੀ ਤਰਸੇਮ ਪ੍ਰਧਾਨ ਜੀ ਇੱਧਰ ਢਿੱਲੋਂ ਵਾਲੀ ਸਾਈਡ ਮਿਲਣ ਜੀ ਆ ਕੇ ਸਿਵਗਾਂ ਦੇ 14 ਜੀ ਸ਼ਾਲੂ ਭੰਡਾਰੀ ਦੀ ਗੇਮ ਡੇਢ ਘੰਟਾ ਹੋ ਗਿਆ ਮੈਚ ਨੂੰ ਮੈਨੂੰ ਲੱਗਦਾ ਵੀ ਮਾਸਟਰ ਜੀ 15 ਹੋ ਗਏ ਮੈਨੂੰ ਲੱਗਦਾ 15-16 ਦੇ ਬਾਈ ਬਾਲ ਦੇਖੋ 2 ਨੰਬਰ ਗਰਾਊਂਡ ਤੇ ਬਾਲ ਦਮਾਚ ਗਈ ਹੈ ਮੈਚ ਖੜਾ ਆਪਣਾ ਕਿਰਪਾ ਕਰਕੇ ਬਾਲ ਪਹੁੰਚ ਜੀ ਕਰਦੀਏ 2 ਨੰਬਰ ਗਰਾਊਂਡ ਦੀ ਬਾਲ ਭਾਈ ਨੇੜੇ ਹੋਊ ਭਾਲੀ ਪਰਾਂ ਜਾਂਦੇ ਹੋਵਾਂਗੇ ਤਾਂ ਭਈਆ ਤਾਂ ਭਈਆ ਜਾਣ ਨਹੀਂ ਤੇ ਸਤਾਰਾਂ ਦੇ ਆਪਾਂ ਜੀ ਸਤਾਰਾਂ ਦੀ ਗੇਮ ਨਾਲ ਹੀ ਜੇ ਕੋਈ ਵੀਰ ਲੰਗਰ ਸਗਨ ਦਨੀਓ ਰਹਿੰਦਾ ਹੈ ਸਾਡੇ ਸਤਿਕਾਰ ਕਮੇਟੀ ਵਾਲੇ ਵੀਰ ਬੜੇ ਪਿਆਰ ਦੇ ਨਾਲ ਲੰਗਰ ਦੇ ਵੱਡੀਆਂ ਸਲਾਮਾਂ ਉਹ ਲੰਗਰ ਸਕ ਸਕਦਾ ਜੀ ਛੋਟੇ ਛੋਟੇ ਬੱਚੇ ਲੰਗਰ ਦੇ ਵਿੱਚ ਸੇਵਾ ਕਰ ਰਹੇ ਹੈ ਤੜਕੇ ਉਹਨਾਂ ਨੇ ਸਕੂਲ ਵੀ ਜਾਣਾ ਹੈ ਬੇਨਤੀ ਜੇ ਕੋਈ ਹਲੇ ਤੱਕ ਵੀ ਵੀਰ ਰਹਿੰਦਾ ਹੈ
तो लंगर सक सकता जी। सम्मान ब्रांडेड कपड़ियां दा कीता जावेगा, बहुत वड्डियां मुबारकां ने। और मेरे मित्रों खुले एक्सल कपड़े ट्रिपल एक्सल जो अर्श नूं पता होना है इन जानकारी ज्यादा थोड़ी ही। रौली के खेड मेले का भी बेस्ट रहा मुंडा साल गल वाला प्रीत ते बेस्ट कढ़ा रजीत ने सीगा। और मेरे मित्रों गल हुई ने इधरले पासे खेड के मैदान में बहुत तगड़े बेल की फिर तो कहते मेरे मित्रों शुरुआत है। उधर 15 नंबर मेरे ख्याल सीरिया के 16 मुंडे भरियारी वालों के एक नंबर का फर्क है। मैच उधर भी टॉप का है, इधर भी 2-3 नंबर का फर्क है। चुके वाले मुंडिया की बॉडी लैंग्वेज दसदी है भी अज कुछ ना कुछ वखरा करन फिर और चुके वाले मुंडे कहते कमाल कर रहे खेड के मैदान में। आओ सामने पिंडा आ बधाई वाला कहते रिंकूआ जी ने हुण बाल लाई है तो मरिंदर ने फैसला किया है। बड़ा पढ़िया लिखा मुंडा एम ए बी एड की है रिंकू ने हर खेड के मैदान का शिंगार बढ़िया है। अमन ने मंत्र तंत्र मारिया नौ बार ही है अपना मरिंदर नंबर नौ नंबर इधर भंडारी की टीम ने 12 चुकिया ने। मैच बहुत तकड़ा इधर एक नंबर के भी कमाल हुई पई है। एक नंबर का फर्क है या नंबर लग गया तो मैच का पासा रुख बदल जाना है। और दुनिया जुड़ी हुई है मासिया बेटा रहा तकड़ा हो जाए मुला परदाखे का इलाका बड़ी दूर आंदा है। सामने वाली सुखा जगदीप का भतीजा बल्ले बल्ले करवा रहे हैं और इधर रिक्की वर्गे खड़ा रही और भैनी बई वाला कहते सिद्धुआ का मुंडा सोनी खेलता है बहुत वधिया मैच है। सरजीत वर्गे तारे वर्गे एक तकड़ा मुकाबला खेडा जा रहा है खेड मैदान के 15 से 16 की टक्कर है 16-16 हो सकते है ये दुनिया को उम्मीद है। इतने पहले दसे भी सिविया ने जो भंडारी ने मैच लाने ये दस देंगे है बहुत तकड़ा मैच लाने मुंडे एक जानदार मैच है। तो भंडारी वाले का भी कहते तजर्बा सिर चढ़ के बोलता है सानू बोलने की लोड़ कोई ना साढ़े बल्लेर कार्ड बोलते हैं जितों तक जाते लोग तौबा कर जाते आप उतों शुरुआत करी दी कर दते नेरे आप चिट्टिया दिनों च चिट्टी काली बोली रात करी दी आ कम ता तो ताने कढ़े कदे पैर नहीं वो छड़े पूरे कागजी हालात बोलते मित्रां नूं बोलने की लोड़ कोई ना आ साढ़े बल्लेर कार्ड बोलते वड्डे वड्डे रिकार्ड बोलते हैं पर कोठे वाला साइलेंट अज मैनू फिट नहीं लगता। बाल फिर जड़ी फाउल है और सफलता फिर फिरोजपुरी के खाते जुड़ गई है। उधर भंडारी वाले का गड्डा मैनू लगता रिक्की वर्गे एंड डिया में रंग कर देने कंप्यूटर हसना थोड़ा थोड़ा और उन्होंने भी पता है भी रिक्की वर्गे करते कमाल ही है जदों भी करते है जोड़ा जित गया अगे भी बड़ा पैना है। फिर शहर की पी टीम गुरदीप गिल मेजर ब्रांड क्लब टीम ना कहते प्री क्वार्टर तो चर्चे होंगे जोड़ा दो चो जित गया फिर क्वार्टर खेडा जाना है। वड्डिया वड्डिया टीम जिहड़ियां भिड़नगियां अगले राउंड दे विच पटाके जड़े पैणगे वाकई चर्चे होने पटाके पैने हैं। एक नंबर बाकी है दविंदर ब्राड यूएसए क्लब का इतों चेंज होगी तो फिर गल कहानी होर बन जानी है। भंडारी वाला सामना आओ जित कंधा च बज बज वड़दी है सामना सामी जाती है आओ रिकी फिट कर दे पंज कराई वाले मोटे नूं अरसी बल्ले 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 सामने कमाल कर दिती है मानसे वालिया ये मौके रोज रोज नहीं मिलने ये सामने पैणगे मित्रा जे अज ना कुछ कीता बल्ले 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 भैणी
ਬਾਈ ਵਾਲਾ ਵੀ ਕਹਿੰਦਾ ਬਾਲ ਸੁੱਖੇ ਦੇ ਲਾਉਣੀਆਂ ਤੇ ਸੁੱਖਾ ਵੀ ਕਹਿੰਦਾ ਵੱਡੇ ਵੱਡੇ ਵਾਲੇ ਕੋਸ਼ਿਸ਼ਾਂ ਕਰ ਲਈਆਂ ਪਰ ਸੁੱਖੇ ਦੇ ਹਾਲੇ ਬਾਲ ਨਹੀਂ ਲੱਗੀ ਭੈਣੀ ਬਾਈ ਵਾਲਾ ਤੋੜ ਕੋਈ ਪੱਟੀ ਆਹ ਗੱਲ ਤੇਰੇ ਤੇ ਖੜੀ ਆ ਮਿੱਤਰਾ ਜਾਂ ਬਾਸੀਆਂ ਬੇਟ ਵਾਲੇ ਮਣੀ ਨੇ ਲਾਉਣੇ ਆ ਤੀਰ ਟਿਕਾਣੇ ਨੰਬਰ ਲਾਸਟ ਹੈ ਰਾਮੇ ਸਰਪੰਚ ਦਾ ਪੁੱਤਰ ਵੱਡਾ ਮੱਲ ਖੇਡ ਵਾਲੀਬਾਲ ਦਾ ਵੱਡੀਆਂ ਜ਼ਿੰਮੇਵਾਰੀਆਂ 200 ਦੇ ਵੱਡੇ ਮਾਨ ਸਰਪੰਚ ਸਾਹਿਬ ਨੇ ਭੇਜੇ ਆ ਮੁੰਡੇ ਫਰਕ ਕਿਤੇ ਨਾ ਕਿਤੇ ਵੱਡੇ ਪੈਂਦੇ ਆ ਉਹ ਸਾਰਾ ਦਿਨ ਖੇਡਦੇ ਆ ਔਰ ਮੇਰੇ ਮਿੱਤਰੋ ਮਿਹਨਤ ਦੇ ਨਾਲ ਹੀ ਮੁਕਾਮ ਮਿਲਦੇ ਗੱਲਾਂ ਬਾਤਾਂ ਦੇ ਨਾਲ ਕਦੇ ਮੁਕਾਮ ਨਹੀਂ ਜਿੱਤੇ ਜਾਂਦੇ ਇਹ ਤਾਂ ਮਿਹਨਤਾਂ ਦੇ ਅੱਗੇ ਸਫਲਤਾ ਤੇ ਝੁਕ ਜਾਂਦੀ ਹੈ ਗੱਲਾਂ ਫਿਰ ਜਿਹੜੀਆਂ ਹੋਣਗੀਆਂ ਕੌਣ ਜਿੱਤ ਗਏ ਅਗਲੇ ਰਾਊਂਡ 'ਚ ਪ੍ਰਵੇਸ਼ ਕਰਦਾ ਇਹ ਤੇ ਟਾਈਮ ਦੱਸੇਗਾ ਉੱਧਰ ਰੋਡਿਆਂ ਦੀ ਟੱਕਰ ਢਾਬਾ ਦੇ ਨਾਲ ਇੱਕ ਨੰਬਰ ਗਰਾਊਂਡ 'ਚ ਇਹ ਟੀਮਾਂ ਅਗਲਾ ਮੈਚ ਖੇਡਣ ਲਈ ਰੈਡੀ ਰਹਿਣ ਢਾਬਾ ਵਾਲੇ ਮੁੰਡੇ ਤੇ ਸੰਤ ਬਾਬਾ ਜਰਨੈਲ ਸਿੰਘ ਕਲੱਬ ਰੋਡੇ ਇਹ ਟੀਮਾਂ ਜਿਹੜੀਆਂ ਆਉਣਗੀਆਂ ਇੱਕ ਨੰਬਰ ਗਰਾਊਂਡ 'ਚ ਅਗਲਾ ਮੈਚ ਇਹਨਾਂ ਟੀਮਾਂ ਦਾ ਔਰ ਸਾਹਮਣੇ ਪਾਸੀਆਂ ਬੇਟ ਵਾਲਾ ਕਹਿੰਦੇ ਮਣੀ ਲਾ ਗਿਆ ਤੀਰ ਟਿਕਾਣੇ ਮੈਚ ਸਮਾਪਤ ਹੈ ਬਹੁਤ ਸੋਹਣਾ ਮੈਚ ਖੇਡਿਆ ਗਿਆ ਇੱਕ ਨੰਬਰ ਦੇ ਫਰਕ ਦੇ ਨਾਲ ਹਰਿਆਣੇ ਦੀ ਟੀਮ ਜੇਤੂ ਰਹੀ ਹੈ ਬਹੁਤ ਸੋਹਣਾ ਖੇਡੇ ਮੁੰਡੇ ਇੱਕ ਬੇਨਤੀ ਹੈ ਜੀ ਜਿੰਨੇ ਵੀ